ਨਿਊਟਨਸ ਬੋਟ ਬਹੁਤ ਹੀ ਵਧੀਆ ਕਿਸ਼ਤੀ ਹੈ ਜੋ ਕਿ ਐਲਜੀ ਕੋਰੀਆ ਦੁਆਰਾ ਡਿਜ਼ਾਈਨ ਖਿਡੌਣਾ ਹੈ। ਇਹ ਇੱਕ ਫਲੋਟਿੰਗ ਬੋਟ ਹੈ ਜਿਸ ਦੇ ਉੱਪਰ ਇੱਕ ਪੱਖਾ ਲੱਗਾ ਹੋਇਆ ਹੈ। ਇਹ ਇੱਕ ਪੱਖਾ ਹੈ ਜਿਹੜਾ ਬੈਟਰੀ ਅਤੇ ਸਵਿੱਚ ਨਾਲ ਲੱਗਾ ਹੈ। ਇਹ ਕਿਸ਼ਤੀ ਦੀ ਬੋਡੀ ਹੈ। ਇਹ ਇਸ ਦਾ ਨੀਚਲਾ ਹਿੱਸਾ ਹੈ। ਇਸ ਦੇ ਪਾਸਿਆਂ 'ਤੇ ਦੋ ਭਾਰੀਆਂ ਸਟ੍ਰਿਪਸ ਹਨ। ਇਹ ਸਵਿੱਚ ਦੀ ਜਗ੍ਹਾ ਹੈ ਅਤੇ ਬੈਟਰੀ ਨੂੰ ਵੀ ਉਸ ਦੀ ਜਗ੍ਹਾ 'ਤੇ ਰੱਖੋ। ਇਹ ਪੱਖੇ ਅਤੇ ਉਸ 'ਤੇ ਪ੍ਰੋਪੈਲਰ ਦੀ ਸਹੀ ਜਗ੍ਹਾ ਹੈ। ਹੁਣ ਸਟਾਇਰੋਫੋਮ ਨੂੰ ਕਿਸ਼ਤੀ ਦੇ ਥੱਲੇ ਲਗਾ ਦਿਓ ਤਾਂ ਜੋ ਕਿਸ਼ਤੀ ਤੈਰੇ। ਹੁਣ ਇੱਕ ਪਾਣੀ ਦੇ ਟੱਬ ਵਿੱਚ ਇਸ ਕਿਸ਼ਤੀ ਨੂੰ ਰੱਖ ਕੇ ਪੱਖਾ ਚਲਾਓ। ਇਹ ਬਹੁਤ ਤੇਜ਼ੀ ਨਾਲ ਟੱਬ ਵਿੱਚ ਗੇੜੇ ਲਗਾਵੇਗੀ। ਇਹ ਪੱਖਾ ਹਵਾ ਅੱਗੇ ਵੱਲ ਸੁੱਟਦਾ ਹੈ ਅਤੇ ਕਿਸ਼ਤੀ ਪਿੱਛੇ ਵੱਲ ਜਾਂਦੀ ਹੈ। ਇਹ ਦਿਖਾਉਂਦਾ ਹੈ ਕਿ ਹਰ ਕਿਰਿਆ ਦੀ ਬਰਾਬਰ ਅਤੇ ਪ੍ਰਤੀਕੂਲ ਕਿਰਿਆ ਹੁੰਦੀ ਹੈ, ਭਾਵ ਇਕੁਅਲ ਅਤੇ ਓਪੋਜ਼ਿਟ ਰਿਐਕਸ਼ਨ ਹੁੰਦਾ ਹੈ।